ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਮੈਂ ਬਲਵੀਰ ਸਿੰਘ ਜੜੀਆ, ਪਿੰਡ ਧਰਮਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਕਿਸਾਨ ਵੀਰੋ, ਜਿਹੜੀ ਪਾਲਕ ਹੈ ਉਹਦੀ ਜਿਹੜੀ ਬਿਜਾਈ ਦਾ ਢੁੱਕਵਾਂ ਟਾਈਮ ਹੁੰਦਾ ਉਹ ਸਤੰਬਰ ਅਕਤੂਬਰ ਹੁੰਦਾ, ਅਤੇ ਅੱਗੇ ਗਰਮੀ ਵਾਲੀ ਫਸਲ ਲੈਣ ਲਈ ਇਹ ਫਰਵਰੀ ਦੇ ਵਿੱਚ ਵੀ ਬੀਜੀ ਜਾ ਸਕਦੀ ਹੈ। ਕਿਸਾਨ ਵੀਰੋ, ਇਹ ਸਾਡੇ ਕੋਲ ਜਿਹੜੀ ਪਾਲਕ ਹੈ ਇਹਨੂੰ ਆਲ ਸੀਜ਼ਨ ਪਾਲਕ ਕਿਹਾ ਜਾ ਸਕਦਾ, ਅਤੇ ਸਾਰਾ ਸਾਲ ਆ ਜਿਹੜੀ ਇਹ ਸਾਨੂੰ ਮਿਲਦੀ ਰਹਿੰਦੀ ਹੈ। ਅਤੇ ਕਿਸਾਨ ਵੀਰੋ, ਇਹਦਾ ਜਿਹੜਾ ਸੀਡ ਹੈ ਉਹ ਤਕਰੀਬਨ ਪਹਾੜੀ ਏਰੀਏ ਦੇ ਵਿੱਚ ਉਚਾਈ 'ਤੇ ਪੈਦਾ ਹੁੰਦਾ, ਅਤੇ ਪਿਛਲੇ ਸਾਲ ਕਾਫੀ ਠੰਡ ਰਹੀ ਹੈ ਅਤੇ ਕਾਫੀ ਸਾਡਾ ਸੀਡ ਤਿਆਰ ਹੋ ਗਿਆ ਸੀਗਾ, ਅਤੇ ਇਸ ਸਾਲ ਥੋੜ੍ਹਾ ਘੱਟ ਹੈ। ਅਤੇ ਇਹ ਜਿਹੜੀ ਪਾਲਕ ਹੈ ਇਹਦੇ ਪੱਤੇ ਵੱਡੇ ਨੇ ਦੂਜੀ ਪਾਲਕ ਨਾਲੋਂ, ਅਤੇ ਉਚਾਈ ਦੇ ਵਿੱਚ ਵੀ ਇਹ ਜ਼ਿਆਦਾ ਚਲੀ ਜਾਂਦੀ ਹੈ। ਕੁਛ ਬੂਟੇ ਸਾਡੇ ਨਵੇਂ ਪਾਲਕ ਦੇ ਉੱਗਣੇ ਸ਼ੁਰੂ ਹੋ ਗਏ, ਥੱਲੇ ਬੀਜ ਝੜ ਗਏ ਸੀਗੇ। ਅਤੇ ਇਹ ਜਿਹੜੀ ਪਾਲਕ ਹੈ ਤਕਰੀਬਨ ਬੇਮੌਸਮੀ ਅਸੀਂ ਜਿਵੇਂ ਪਕੌੜੇ ਬਣਾਉਣੇ ਨੇ ਜਾਂ ਕਿਤੇ ਵੀ ਜਿਹੜੀ ਬੇਮੌਸਮੀ ਪਾਲਕ ਆ ਉਹ ਸਾਨੂੰ ਮਿਲਦੀ ਰਹਿੰਦੀ ਹੈ। ਅਤੇ ਇਹ ਜਿਹੜੀ ਪਾਲਕ ਹੈ ਇਹਨੂੰ ਵਾਰ ਵਾਰ ਕਟਾਈਆਂ ਵਾਲੀ ਆ ਇਹ, ਅਤੇ ਇਹਨੂੰ ਤੋੜੀ ਜਾਓ ਪੱਤੇ ਦੇ। ਅਤੇ ਅੱਗੇ ਉਹ ਬੂਟਾ ਹੈਗਾ ਕਿਸਾਨ ਵੀਰੋ ਪਰਲੇ ਬੰਨੇ, ਅਤੇ ਉਹਨੇ ਥੋੜ੍ਹਾ ਜ਼ਿਆਦਾ ਸੀਡ ਵੀ ਬਣਾ ਲਿਆ, ਅਤੇ ਹੁਣ ਇਹਦਾ ਸੀਡ ਆ ਜਿਹੜਾ ਤਕਰੀਬਨ ਅਸੀਂ ਕੱਟ ਕੇ ਝਾੜ ਕੇ ਰੱਖ ਲਾਂਗੇ, ਅਤੇ ਆਹ ਕਾਫੀ ਪਾਲਕ ਹੈ ਜਿਹੜੀ ਕਿਸਾਨ ਵੀਰੋ ਉੱਗ ਵੀ ਆਈ, ਅਤੇ ਇਹਦਾ ਸਾਈਜ਼ ਬੜਾ ਉੱਚਾ ਹੋ ਜਾਂਦਾ, ਅਤੇ ਇਹ ਕਾਫੀ ਉਚਾਈ 'ਤੇ ਚਲੀ ਜਾਂਦੀ ਹੈ ਕਹਿ ਲਓ ਇਹ। ਅਤੇ ਇਹ ਤਕਰੀਬਨ ਇਹਦਾ ਜਿਹੜਾ ਬੂਟਾ ਹੈ ਇਹ ਕਾਫੀ ਤਕਰੀਬਨ ਕਹਿ ਲਓ ਵੀ ਪੰਜ ਛੇ ਫੁੱਟ ਦੇ ਲਗਭਗ ਇਹ ਉਚਾਈ ਲੈ ਜਾਂਦਾ। ਅਤੇ ਹੁਣ ਇਹਦਾ ਸੀਡ ਹੈ ਤਕਰੀਬਨ ਅਸੀਂ ਝਾੜ ਲਾਂਗੇ, ਤਕਰੀਬਨ ਆ ਰੰਗ ਇਹਨੇ ਚੇਂਜ ਕਰਤਾ, ਅਤੇ ਇਹਨੂੰ ਅਸੀਂ ਕਟਿੰਗ ਕਰਕੇ ਝਾੜ ਕੇ ਰੱਖ ਲਾਂਗੇ ਸੁਕਾ ਕੇ, ਅਤੇ ਇਹਨੂੰ ਅਸੀਂ ਥੋੜ੍ਹੀ ਗੇਤੀ ਵੀ ਲਾ ਸਕਦੇ ਹਾਂ। ਅਤੇ ਹਾਲਾਂਕਿ ਉਹ ਜਿਹੜੀ ਦੂਜੀ ਪਾਲਕ ਆ ਉਹ ਸਤੰਬਰ ਅਕਤੂਬਰ 'ਚ ਉਹਦੀ ਬਿਜਾਈ ਸ਼ੁਰੂ ਹੋਊਗੀ, ਇਹਨੂੰ ਅਸੀਂ ਅਗਸਤ ਦੇ ਵਿੱਚ ਜੁਲਾਈ ਦੇ ਵਿੱਚ ਵੀ ਲਾ ਕੇ ਅਤੇ ਅਸੀਂ ਬੇਮੌਸਮੀ ਜਿਹੜੀ ਪਾਲਕ ਆ ਉਹ ਪੈਦਾ ਕਰ ਸਕਦੇ ਹਾਂ।